ਬੰਗਲਾ ਪੰਜਾਬ ਬਣਾਉਣਾ, ਪੰਜਾਬ ਨੂੰ ਅਸਲੀ ਪੰਜਾਬ ਬਣਾਉਣਾ ਤੇ ਪੰਜਾਬ ਦੀ ਖੇਤੀਬਾੜੀ ਜਿਹੜੀ ਇਹਨੂੰ ਲਾਹੇਵੰਦ ਕਿੱਤਾ ਬਣਾਉਣਾ ਜਿਹੜਾ ਸਭ ਤੋਂ ਜ਼ਰੂਰੀ ਹੈ। ਸੋ ਉਸ ਦਿਸ਼ਾ ਦੇ ਵਿੱਚ ਅਸੀਂ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਵਿੱਚ ਜਿਹੜਾ ਇੱਕ ਖੇਤੀਬਾੜੀ ਪਾਲਿਸੀ ਲੈ ਕੇ ਆ ਰਹੇ ਔਰ ਉਸ ਖੇਤੀਬਾੜੀ ਪਾਲਿਸੀ ਜਿਹੜੀ ਆ ਉਹਦੇ ਲਈ ਅਸੀਂ 31 ਮਾਰਚ ਤੱਕ ਡੇਟ ਤੈਅ ਕੀਤੀ ਹੈ ਔਰ ਅਸੀਂ ਸਮਝਦੇ ਹਾਂ ਕਿ ਸਭ ਤੋਂ ਵੱਧ ਮਾਹਰ ਉਹ ਨੇ ਜਿਹੜੇ ਖੇਤੀ ਕਰਦੇ ਆ, ਜਿਹੜੇ ਅਸਲੀ ਖੇਤੀ ਕਰਦੇ ਆ, ਖੇਤਾਂ ਦੇ ਵਿੱਚ ਹਲ ਚਲਾਉਂਦੇ ਆ, ਉਹ ਸਭ ਤੋਂ ਵੱਡੇ ਮਾਹਰ ਹੈ ਤੇ ਉਹਨਾਂ ਦੀ ਜਿਹੜੀ ਸ਼ਮੂਲੀਅਤ ਹੈ ਇਹਦੇ ਵਿੱਚ ਕਰਨੀ ਉਹ ਬੜੀ ਜ਼ਰੂਰੀ ਹੈ। ਔਰ ਅਸੀਂ ਸਮਝਦੇ ਹਾਂ ਕਿ ਜਿਹੜੀਆਂ ਰਵਾਇਤੀ ਪੰਜਾਬ ਦੀਆਂ ਫਸਲਾਂ ਨੇ ਝੋਨਾ ਕਣਕ ਜਿਹੜਾ ਇਹਦੇ ਚੋਂ ਪੰਜਾਬ ਦੇ ਕਿਸਾਨ ਨੂੰ ਕਿੱਦਾਂ ਕੱਢਿਆ ਜਾਵੇ ਔਰ ਪੰਜਾਬ ਦੇ ਮੌਜੂਦਾ ਵਾਤਾਵਰਨ ਹਵਾ ਪਾਣੀ ਦੇ ਅਨੁਸਾਰ ਸਾਡਾ ਪਾਣੀ ਬਹੁਤ ਥੱਲੇ ਚਲਾ ਗਿਆ ਤੇ ਭੂਮੋਲਿਕ ਸਥਿਤੀ ਦੇ ਅਨੁਸਾਰ ਪੰਜਾਬ 'ਚ ਕਿੱਦਾਂ ਦੀਆਂ ਫਸਲਾਂ ਜਿਹੜੀਆਂ ਅਗਲੇ ਸਮੇਂ ਦੇ ਵਿੱਚ ਆਪਾਂ ਪੈਦਾ ਕਰੀਏ ਜਿਹਦੇ ਨਾਲ ਕਿਸਾਨ ਨੂੰ ਵੀ ਫਾਇਦਾ ਹੋਵੇ ਤੇ ਸਾਡੀ ਧਰਤੀ ਮਾਂ ਨੂੰ ਵੀ ਜਿਹੜਾ ਫਾਇਦਾ ਹੋਵੇ। ਇਹਦੇ ਵਾਸਤੇ 12 ਤਰੀਕ ਨੂੰ ਇੱਕ ਪਹਿਲੀ ਵਾਰ ਇਤਿਹਾਸ ਦੇ ਵਿੱਚ ਇੱਦਾਂ ਦੀ ਜਿਹੜੀ ਸਰਕਾਰ ਕਿਸਾਨ ਮਿਲਣੀ ਹੋ ਰਹੀ ਹੈ ਜਿਹਦੇ ਮੁੱਖ ਮਹਿਮਾਨ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਇੱਕ ਸਧਾਰਨ ਕਿਸਾਨ ਦੇ ਪੁੱਤਰ 7 ਕਿੱਲਿਆਂ ਦੇ ਮਾਲਕ ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਖੁਦ ਇੱਥੇ ਉਦਣ ਰਹਿਣਗੇ, ਕਿਸਾਨਾਂ ਨੂੰ ਮਿਲਣਗੇ, ਕਿਸਾਨਾਂ ਨਾਲ ਅਸੀਂ ਡਿਸਕਸ ਕਰਾਂਗੇ, ਫਸਲਾਂ ਬਾਰੇ ਵੀ ਡਿਸਕਸ ਕਰਾਂਗੇ ਤੇ ਉਹਨਾਂ ਕੋਲ ਖੇਤੀਬਾੜੀ ਪਾਲਿਸੀ ਬਾਰੇ ਵੀ ਸੁਝਾਅ ਲਾਂਗੇ। ਸੋ ਉਸ ਪ੍ਰੋਗਰਾਮ ਦੀ ਤਿਆਰੀ ਲਈ ਕਰੀਬ 5-6 ਹਜ਼ਾਰ ਦੇ ਕਰੀਬ ਅਸੀਂ ਐਸਟੀਮੇਟ ਕੀਤਾ ਕਿ ਕਿਸਾਨ 22 ਜ਼ਿਲ੍ਹਿਆਂ ਚੋਂ ਜਿਹੜਾ ਆਊਗਾ, ਅਸੀਂ ਉਹਦੀਆਂ ਸਟਾਲਾਂ ਕਿੱਦਾਂ ਲਾਉਣੀਆਂ, ਉਹਨਾਂ ਨੂੰ ਫਸਲਾਂ ਬਾਰੇ ਜਾਣਕਾਰੀ ਕਿੱਦਾਂ ਦੇਣੀ ਹੈ, ਉਹਨਾਂ ਕੋਲ ਕਿੱਦਾਂ ਜਾਣਕਾਰੀ ਲੈਣੀ ਹੈ, ਇਹ ਸਾਰੀਆਂ ਚੀਜ਼ਾਂ ਦੇਖ ਕੇ ਸਾਰੀਆਂ ਚੀਜ਼ਾਂ ਅਸੀਂ ਤੈਅ ਕੀਤੀਆਂ। ਔਰ ਮੈਂ ਸਮਝਦਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ, ਇੱਦਾਂ ਦੀ ਪਾਲਿਸੀ ਪਹਿਲੀ ਵਾਰ ਆਊਗੀ ਜਦੋਂ ਪੰਜਾਬ ਦੀ ਖੇਤੀ ਨੂੰ ਜਿਹੜਾ ਪ੍ਰਫੁੱਲਤ ਕਰਨ ਵਾਸਤੇ, ਡਿਵੈਲਪ ਕਰਨ ਵਾਸਤੇ ਇੱਕ ਵੱਡੇ ਕਦਮ ਅਸੀਂ ਚੁੱਕਾਂਗੇ।